ਹਾਂ ਕਾਫੀ ਨਾ ਨਿਊਜ਼ ਪੇਪਰ 'ਚ ਵੀ ਪੜ੍ਹ ਰਿਹਾ ਸੀ ਮੈਂ ਥੋੜ੍ਹੇ ਦਿਨਾਂ ਤੋਂ ਔਰ ਕੰਪਲੇਂਟਾਂ ਤਾਂ ਪੁਰਾਣੀਆਂ ਨੇ ਅੱਗੇ ਵੀ ਇਹਨਾਂ ਨੂੰ ਆਗਾਹ ਕੀਤਾ ਆ ਸਫਾਈਆਂ ਦਾ ਬਹੁਤ ਮੰਦਾ ਹਾਲ ਆ ਟ੍ਰੇਨਾਂ ਪਿੱਛੇ ਖੜ੍ਹ ਜਾਂਦੀਆਂ ਨੇ ਉਹਦਾ ਕੁਛ ਅੱਗੇ ਨੂੰ ਸੁਧਾਰ ਹੋਇਆ ਪਰ ਅਜੇ ਵੀ ਜਿਹੜੀ ਸ਼ਤਾਬਦੀ ਖੜ੍ਹ ਜਾਂਦੀ ਹੈ ਜਾਂ ਸ਼ਾਮ ਦੀਆਂ ਟ੍ਰੇਨਾਂ ਦੋ ਦੋ ਅੱਧਾ ਅੱਧਾ ਘੰਟਾ ਖੜ੍ਹਦੀਆਂ ਨੇ ਉਹ ਵੀ ਇਹਨਾਂ ਨੂੰ ਕਿਹਾ ਇਹਨਾਂ 25 ਮਿੰਟ ਦਾ ਹਾਲ ਜਿੱਥੇ ਰੱਖਿਆ ਇਹਨਾਂ ਨੂੰ ਕਿਹਾ 25 ਤੋਂ ਵੀ ਘਟਾਓ ਕਿਸੇ ਤਰੀਕੇ ਦੇ ਨਾਲ ਕਿਉਂਕਿ ਦਿੱਲੀ ਦੇ ਪੈਟਰਨ 'ਤੇ ਤੁਸੀਂ ਟ੍ਰੇਨ ਸਾਂਭ ਸਕਦੇ ਜੇ ਸਾਡੇ ਕੋਲ 5-6 ਪਲੇਟਫਾਰਮ ਹੈਗੇ ਜਗ੍ਹਾ ਅੱਗੇ ਹੈਗੀ ਹੈ ਪਰ ਚਲੋ ਉਹਦੇ 'ਤੇ ਇਹ ਕਿਹਾ ਇਹਨਾਂ ਨੇ ਕਿ ਅਸੀਂ ਉਹਨੂੰ ਹੋਰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਵੱਡੀ ਗੱਲ ਅੱਜ ਕੁਦਰਤੀ ਟਾਟਾ ਮੁਰੀ ਐਕਸਪ੍ਰੈਸ ਸੀ ਉਹ ਜੰਮੂ ਤਵੀ ਜਿਹਨੂੰ ਆਉਂਦੇ ਉਹ ਆ ਗਈ ਅਸੀਂ ਨਾ ਚੈੱਕ ਕੀਤੀ ਆ ਔਰ ਉਹਦੇ ਪੈਸੇਂਜਰ ਨਾਲ ਗੱਲ ਕੀਤੀ ਆ ਮਤਲਬ ਜਿਉਂ ਪੰਜਾਬ 'ਚ ਗੱਡੀ ਆਉਂਦੀ ਉਹਦਾ ਪਾਣੀ ਮੁੱਕ ਜਾਂਦਾ ਹੈ ਔਰ ਉੱਥੇ ਜਿਹੜੇ ਪੈਸੇਂਜਰ ਨੇ ਉਹ ਕਹਿੰਦੇ ਤਕਰੀਬਨ ਕੋਈ ਡੇਲੀ ਵਾਲੇ ਸੀ ਕੁਝ ਹਫ਼ਤੇ 'ਚ ਕੋਈ 10 ਦਿਨ ਬਾਅਦ ਵੀ ਜਾਂਦੇ ਆਉਂਦੇ ਆ ਉਹਨਾਂ ਦਾ ਇਹ ਕੰਪਲੇਂਟ ਸੀ ਔਰ ਬਾਥਰੂਮਾਂ 'ਚ ਵੜਿਆ ਨਹੀਂ ਜਾ ਰਿਹਾ ਇਹ ਹਾਲਾਤ ਆ ਔਰ ਮੈਂ ਖੁਦ ਹੁਣ ਟ੍ਰੇਨ 'ਤੇ ਜਾਂਦਾ ਹੁੰਦਾ ਹਾਂ ਬਾਥਰੂਮਾਂ ਦੀ ਮਾੜੀ ਹਾਲਤ ਹੁੰਦੀ ਮੈਂ ਕਰਮਚਾਰੀ ਸਫਾਈ ਕਰਮਚਾਰੀਆਂ ਨੂੰ ਵੀ ਕਿਹਾ ਵੀ ਇੱਥੇ ਐਕਸ਼ਨ ਲਓ ਇਹਨੂੰ ਸਾਫ਼ ਕਰੋ ਪਰ ਉਹ ਜਿਵੇਂ ਇੱਧਰੋਂ ਸਿਰ ਤੋਂ ਕੱਢਦੇ ਆ ਐਕਾਂ ਤੋਂ ਇੱਧਰ ਕੱਢਦੇ ਨੇ ਉਹਦੀ ਮੈਂ ਸਪਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਅਫਸਰ ਸਾਹਿਬਾਨ ਬੈਠੇ ਆ ਇਹਨਾਂ ਨੂੰ ਜਾਗਣਾ ਪਊਗਾ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਊਗੀ ਔਰ ਜਿਹੜੇ 8 ਘੰਟੇ ਜਿਹਦੀ ਤਨਖਾਹ ਗੌਰਮੈਂਟ ਦਿੰਦੀ ਆ ਉਹ 8 ਘੰਟੇ ਆਪਣੀ ਕੁਰਸੀ ਲਈ ਆਪਣੀ ਕੰਮਾਂ ਲਈ ਸਮਰਪਿਤ ਕਰਨੇ ਪੈਣਗੇ ਨਾ ਤਾਂ ਇੱਥੇ ਕੋਈ ਸਫਾਈ ਦੇਖਦਾ ਨਾ ਕਿਸੇ ਐਂਗਲ ਤੋਂ ਕੋਈ ਧਿਆਨ ਦਿੰਦਾ ਆ ਆਪਣੀ ਮਰਜ਼ੀ ਦੇ ਨਾਲ ਉਹ ਕਰਦੇ ਆ ਨਾ ਕੋਈ ਪੁੱਛਦਾ ਪਤਾ ਨਹੀਂ ਕੀ ਕਰਨਾ ਆਈ ਡੋਂਟ ਨੋ ਪਰ ਅੱਜ ਇਹਨਾਂ ਨੂੰ ਮੈਂ ਕਿਹਾ ਕਿ ਅੱਜ ਤੇ ਅੱਜ ਤੁਹਾਡਾ ਕੰਮ ਆ ਅੱਜ ਤੋਂ ਬਾਅਦ ਫਿਰ ਜੋ ਜੋ ਕੰਮ ਹੈ ਜਿੱਥੇ ਜਿੱਥੇ ਮੈਂ ਭੇਜਣਾ ਮੈਂ ਤੁਰਿਆ ਰੱਖਣਾ ਫਿਰ ਜੇ ਕਿਸੇ ਨੂੰ ਐਂਡ ਤੱਕ ਵੀ ਪਹੁੰਚਾਉਣ ਦੀ ਲੋੜ ਪਈ ਤੇ ਉਹ ਮਤਲਬ ਜਿਹੜਾ ਐਕਸ਼ਨ ਹੋਊਗਾ ਡਿਪਾਰਟਮੈਂਟ ਦਾ ਉਹ ਜ਼ਰੂਰ ਕਰਾਊਂਗਾ ਇੱਥੇ ਯਾਤਰੀ ਬਿਲਕੁਲ ਬਹੁਤ ਯਾਤਰੀ ਹੇਠਾਂ ਬੈਠੇ ਅੱਜ ਮੈਂ ਇਹਨਾਂ ਨੂੰ ਕਿਹਾ ਮਹੀਨਾ ਲੈ ਲਓ 2 ਮਹੀਨੇ ਲੈ ਲਓ ਵਿਦ ਇਨ ਡੇਜ਼ ਇਹ ਨਹੀਂ ਕਿ ਮੈਂ ਲਿਖ ਕੇ ਭੇਜਿਆ ਸੀ ਆ ਰਿਹਾ ਆ ਈਮੇਲ ਕਰੋ ਮੈਨੂੰ ਤਾਂ ਈਮੇਲ ਕਰਾਂਗੇ ਤੁਹਾਨੂੰ ਈਮੇਲ ਕਰੋ DRM ਨੂੰ ਵਿਦ ਇਨ ਡੇਜ਼ ਸਾਨੂੰ ਦੱਸੋ ਕਿੰਨੇ ਬੈਂਚ ਚਾਹੀਦੇ ਆ ਮੈਂ ਫਿਰ ਉਹਦਾ DRM ਨੂੰ ਕਹੂੰਗਾ ਕਿ ਰੇਲਵੇ ਦਾ ਕੰਮ ਹੈ ਪ੍ਰੋਵਾਈਡ ਕਰਾਉਣੀ ਸਰਵਿਸਿਜ਼ ਕਿਉਂਕਿ ਪੈਸੇ ਨਹੀਂ ਦੇ ਆ ਪਰ ਜੇ ਫਿਰ ਵੀ ਕਿਤੇ ਲੋੜ ਆ ਤਾਂ ਮੈਂ ਥੋੜ੍ਹੇ ਬਹੁਤੇ ਪੈਸੇ ਮੈਂ ਆਪਣੇ MP ਲੈਡ ਫੰਡ ਤੋਂ ਲੈ ਕੇ ਇਹਨਾਂ ਦੇ ਇਸ ਧਰਤੀ 'ਤੇ ਅਤੇ ਗੁਰੂ ਦੀ ਨਗਰੀ ਦੇ ਉੱਤੇ ਮੈਂ ਤੁਹਾਡੇ ਨਾਲ ਪ੍ਰਣ ਕਰਦਾ ਕਿ ਕੋਈ ਜਿਹੜਾ ਪੈਸੇਂਜਰ ਆ ਉਹ ਥੱਲੇ ਨਹੀਂ ਪਊਗਾ ਜੇ ਥੱਲੇ ਬਹਿੰਦਾ ਤਾਂ ਇਟ ਮੀਨਸ ਇਹ ਸਾਡਾ ਫੇਲੀਅਰ ਹੈ ਸ਼ਵੇਦ ਜੀ ਦੇਖੋ ਵੱਡੇ ਭਰਾ ਨੇ ਦੇਖੋ ਆਪਣੇ ਐਂਗਲ ਤੋਂ ਦੇਖਦੇ ਹੋਣਗੇ ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਕਿ ਇੰਟਰਨੈਸ਼ਨਲ ਏਅਰਪੋਰਟ ਸਟੇਸ਼ਨ ਬਣਨੇ ਜਾ ਰਿਹਾ ਪਰ ਮੈਂ ਤੇ ਜੋ ਦੇਖਿਆ ਹਾਲਾਤ ਇੱਕ ਵੀ ਐਂਗਲ ਇਹਦਾ ਇੰਟਰਨੈਸ਼ਨਲ ਪੱਧਰ ਦੇ ਲਾਗੇ ਬੰਨੇ ਨਹੀਂ ਖਲੋਂਦਾ ਇੱਕ ਵੀ ਐਂਗਲ ਇੱਕ ਵੀ ਕੋਈ ਸਫਾਈ ਦਾ ਖੜ੍ਹ ਜੇ ਟ੍ਰੇਨ ਦਾ ਆਉਣ ਦਾ ਖੜ੍ਹ ਜੇ ਕੋਈ ਪਾਣੀ ਪੀਣ ਵਾਲੀ ਵਿਵਸਥਾ ਦਾ ਖੜ੍ਹ ਲਈਏ ਕੋਈ ਅਸੀਂ ਜਿੱਥੇ ਬੁਕਿੰਗ ਕਰਾਉਂਦੇ ਉੱਥੇ ਦੀ ਗੱਲ ਕਰ ਲਈ ਅਜੇ ਤਾਂ ਸਾਡੇ ਕੋਲ ਪੱਕੇ ਹੀ ਨਹੀਂ ਪੂਰੇ ICਲੇਡੀਜ਼ ਦਾ ਜਿਹੜਾ ਵੇਟਿੰਗ ਹਾਲ ਮੈਂ ਉਹ ਦੇਖ ਕੇ ਆ AC ਨਹੀਂ ਚੱਲ ਰਿਹਾ ਉੱਥੇ ਅੰਤਰਰਾਸ਼ਟਰੀ ਪੈਸੰਜਰ ਬੈਠੇ ਨੇ ਜਿਹੜੇ ਸਾਡੇ ਵਿਦੇਸ਼ਾਂ 'ਚੋਂ ਆਏ ਨੇ ਉਹ ਬੈਠੇ ਨੇ ਉਹ ਗਰਮੀ ਦੇ ਵਿੱਚ ਵਿਚਾਰੇ ਉਹੀ ਕੰਮ ਤੁਸੀਂ ਦੇਖਿਆ ਮੌਕੇ 'ਤੇ ਅਤੇ ਇਹ ਅੰਤਰਰਾਸ਼ਟਰੀ ਪੱਧਰ ਦਾ ਬਣਾਉਣਾ ਪੈਣਾ ਆ ਅਸੀਂ ਉਹ ਬਣੇਗਾ ਤਦ ਹੀ ਜਦੋਂ ਅਸੀਂ ਇੱਕ ਸਾਥ ਹੋ ਕੇ ਤਗੜੇ ਹੋ ਕੇ ਕਮਜ਼ੋਰੀ ਨੂੰ ਕਮਜ਼ੋਰੀ ਕਹਿ ਕੇ ਔਰ ਅਫਸਰ ਸਾਹਿਬਾਨ ਨੂੰ ਜ਼ਿੰਮੇਵਾਰ ਬਣਾਈਏ ਵੀ ਤੁਹਾਨੂੰ ਕੰਮ ਕਰਨਾ ਪੈਣਾ